ਆਪਾਂ ਪਹਿਲਾਂ ਗੱਲ ਖੋਲਾਂਗੇ ਸਾਰਿਆਂ ਦੇ ਸਾਹਮਣੇ। ਅਗਰ ਸੀਐਮ ਸਾਹਿਬ ਜਾਂ ਜਿਹੜਾ ਵੀ ਉਹਨਾਂ ਦਾ ਕੋਈ ਜ਼ਿੰਮੇਦਾਰ ਬੰਦਾ ਆਉਂਦਾ, ਅਗਰ ਉਹ ਸਾਰੀਆਂ ਗੱਲਾਂ ਆਪਣੀਆਂ ਮੰਨਦਾ, ਆਪਣੇ ਨਾਲ ਵਾਅਦਾ ਕਰਦਾ, ਫਿਰ ਆਪਾਂ ਸਮਰਥਨ ਦੇਵਾਂਗੇ। ਜੇ ਮੰਨ ਗਏ ਸਾਰੀਆਂ ਗੱਲਾਂ ਵੀ ਹਾਂ ਕਾਕਾ ਤੂੰ ਜੋ ਕਹੇਗਾ ਅਸੀਂ ਉਹੀ ਕੋਈ ਕੁਛ ਕਰਾ ਕੇ ਦੇਵਾਂਗੇ। ਮੈਂ ਆਪਦੇ ਵਾਸਤੇ ਕੁਛ ਮੰਗਣਾ, ਮੈਨੂੰ ਇਹ ਧਰਤੀ ਫੇਰ ਨਾ ਦੇਵੇ। ਮੈਂ ਤੁਹਾਡੇ ਨਾਲ ਵਾਅਦਾ ਕਰਦਾ ਤੁਹਾਡੇ ਸਾਹਮਣੇ ਇਸ ਕਚਹਿਰੀ ਦੇ ਵਿੱਚ ਇਸ ਸਟੇਜ ਤੇ ਖੜ ਕੇ ਜੋ ਮੰਗੂਗਾ ਮੈਂ ਤੁਹਾਡੇ ਹੱਥ ਰੂਹਾਂ ਆਉਂਦੇ ਤੇ ਰੁਕੂਗਾ। ਜੇ ਸਾਡੀਆਂ ਸਾਰੀਆਂ ਮੰਗਾਂ ਮੰਨਣਗੇ ਤਾਂ ਹੀ ਅਸੀਂ ਸਮਰਥਨ ਦੇਵਾਂਗੇ। ਇਹ ਕਹਿਣਾ ਹੈ ਡਿੰਪੀ ਢਿੱਲੋਂ ਦਾ, ਜਿਨ੍ਹਾਂ ਬੀਤੇ ਦਿਨੀ ਅਕਾਲੀ ਦਲ ਦਾ ਸਾਥ ਛੱਡਿਆ ਤੇ ਭਲਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ। ਡਿੰਪੀ ਢਿੱਲੋਂ ਨੇ ਬੀਤੇ ਕੱਲ ਗਿੱਦੜਬਾਹਾ ਦੇ ਵਿੱਚ ਭਾਰੀ ਇਕੱਠ ਕੀਤਾ, ਜਿਸ ਦੌਰਾਨ ਉਹਨਾਂ ਆਪਣੀਆਂ ਗੱਲਾਂ ਸਮਰਥਕਾਂ ਅੱਗੇ ਰੱਖੀਆਂ। ਇੱਕ ਗੱਲ ਕਲੀਅਰ ਬਾਈ ਜੀ ਨੇ ਕਰਤੀ ਕਿ ਬੀਐਸ ਉਹਦੇ ਨਾਲ ਭਾਰਤੀ ਜਨਤਾ ਪਾਰਟੀ ਸੀ ਜਾਣਾ ਨਹੀਂ, ਕਿਉਂਕਿ ਕਿਸਾਨਾਂ ਨਾਲ ਬਹੁਤ ਵੱਡਾ ਉਹਨਾਂ ਨੇ ਇੱਕ ਕਾਂਗਰਸ ਤੇ ਇੱਕ ਆਮ ਆਦਮੀ ਪਾਰਟੀ। ਫਿਰ ਜੇ ਸਹਿਮ ਆਪਾਂ ਸਾਰੇ ਤੇ ਜਗਾਰਾ ਲਾ ਕੇ ਆਪਾਂ ਸਰਕਾਰ ਵੱਲ ਨੂੰ ਜਾਣ ਦਾ ਰਾਹ ਪੜ ਲਈਏ ਬੋਲੇ। ਮੇਰੀ ਇੱਛਾ ਇਹ ਆ, ਆਪਣੀ ਪਹਿਲਾਂ ਆਪਸ ਵਿੱਚ ਰਾਇ ਹੋਣੀ ਚਾਹੀਦੀ ਹੈ, ਚਾਹੇ ਝਾੜੂ ਆ, ਚਾਹੇ ਕਾਂਗਰਸ ਆ, ਚਾਹੇ ਜੋ ਵੀ ਆ, ਮੈਂ ਜਿੱਥੇ ਵੀ ਚੱਲਾਂ। ਦੇਖੋ ਤੁਸੀਂ ਸਾਰਿਆਂ ਨੇ ਇਹ ਹੁਕਮ ਲਾਇਆ ਵੀ ਆਪਾਂ ਸਰਕਾਰ ਵੱਲ ਚੱਲਣਾ, ਗੱਲ ਹੁੰਦੀ ਆ। ਆਪਾਂ ਪਹਿਲਾਂ ਗੱਲ ਖੋਲਾਂਗੇ ਸਾਰਿਆਂ ਦੇ ਸਾਹਮਣੇ, ਕੋਈ ਵੀ ਤੁਹਾਡੇ ਚੋਂ ਜਦੋਂ ਵੀ ਆਪਣਾ ਪ੍ਰੋਗਰਾਮ ਬਣਿਆ ਕੋਈ ਵੀ ਤੁਹਾਡੇ ਤੋਂ ਰਹਿ ਨਾ ਜਾਵੇ ਜਦੋਂ ਕੋਈ ਇੱਥੇ ਆਊਗਾ। ਨੰਬਰ ਇੱਕ। ਨੰਬਰ ਦੋ, ਹੁਣ ਮੇਰੀ ਵੀ ਗੱਲ ਸੁਣ ਲਓ। ਆਪਾਂ ਸਾਰੇ ਦੇਖੋ, ਮੈਂ ਆਪਦੇ ਵਾਸਤੇ ਕੁਛ ਮੰਗਣਾ, ਮੈਨੂੰ ਇਹ ਧਰਤੀ ਫੇਰ ਨਾ ਦੇਵੇ। ਮੈਂ ਤੁਹਾਡੇ ਨਾਲ ਵਾਅਦਾ ਕਰਦਾ ਤੁਹਾਡੇ ਸਾਹਮਣੇ ਇਸ ਕਚਹਿਰੀ ਦੇ ਵਿੱਚ ਇਸ ਸਟੇਜ ਤੇ ਖੜ ਕੇ ਜੋ ਮੰਗੂਗਾ ਮੈਂ ਤੁਹਾਡੇ ਹੱਥ ਰੂਹਾਂ ਆਉਂਦੇ ਹੱਥ ਰੁਕੂਗਾ। ਸਾਰਾ ਕੁਛ ਤੁਹਾਡੇ ਵਾਸਤੇ ਮੰਗੂਗਾ। ਅਗਰ ਸੀਐਮ ਸਾਹਿਬ ਜਾਂ ਜਿਹੜਾ ਵੀ ਉਹਨਾਂ ਦਾ ਕੋਈ ਜ਼ਿੰਮੇਦਾਰ ਬੰਦਾ ਆਉਂਦਾ, ਅਗਰ ਉਹ ਸਾਰੀਆਂ ਗੱਲਾਂ ਆਪਣੀਆਂ ਮੰਨਦਾ, ਆਪਣੇ ਨਾਲ ਵਾਅਦਾ ਕਰਦਾ, ਫਿਰ ਆਪਾਂ ਸਮਰਥਨ ਦੇਵਾਂਗੇ। ਜੇ ਮੰਨ ਗਏ ਸਾਰੀਆਂ ਗੱਲਾਂ ਵੀ ਹਾਂ ਕਾਕਾ ਤੂੰ ਜੋ ਕਹੇਗਾ ਅਸੀਂ ਉਹੀ ਕੋਈ ਕੁਛ ਕਰਾ ਕੇ ਦੇਵਾਂਗੇ। ਹਾਂਜੀ, ਆਪਾਂ ਗੱਲ ਕਰਾਂਗੇ, ਗੱਲ ਕਰਕੇ ਇੱਥੇ ਬੁਲਾਵਾਂਗੇ, ਇੱਥੇ